ਕਿ ਜਲ ਕੀ ਮਛਲੀ ਤਰਵਰ ਬੇ ਆਈ, ਪਾਣੀ ਚ ਰਹਿਣ ਵਾਲੀ ਮੱਛੀ ਰੁੱਖ ਤੇ ਜਾ ਚੜੀ। ਦੇਖਤ ਕੁਤਰਾ ਲੈ ਗਏ ਬਿਲਾਈ, ਤਲੇ ਦੇ ਬੈਸਾਂ ਉੱਪਰ ਸੂਲਾਂ ਤਿਸਕੇ ਪੇੜ ਲੱਗਾ ਫਲ ਫੁੱਲਾ। ਹੁਣ ਇਹ ਸਾਰੀਆਂ ਗੱਲਾਂ ਹੈਰਾਨੀਜਨਕ ਨੇ। ਉੱਥੇ ਜਦੋਂ ਸ਼ਬਦ, ਹੁਣ ਸ਼ਬਦ ਨੂੰ ਜਦੋਂ ਸਮਝਣਾ ਉਹਦੇ, ਉੱਥੇ ਲਿਖਿਆ ਪਹਿਲਾਂ ਪੂਤ। ਹੁਣ ਜਦੋਂ ਮੈਂ ਇਹ ਗੱਲ ਸ਼ਬਦ ਵਰਤੀ ਵੀ ਜਲ ਕੀ ਮਛਲੀ ਤਰਵਰ ਬਿਆਈ, ਵੀ ਪਾਣੀ 'ਚ ਰਹਿਣ ਵਾਲੀ ਮੱਛੀ ਰੁੱਖ 'ਤੇ ਜਾ ਚੜੀ ਅਤੇ ਰੁੱਖ 'ਤੇ ਜਾ ਕੇ ਉਹਨੇ ਬੱਚਿਆਂ ਨੂੰ ਜਨਮ ਦਿੱਤਾ, ਐਸਾ ਹੋ ਸਕਦਾ? ਉਹ ਕਹਿੰਦੇ ਹੋ ਸਕਦਾ ਜੀ। ਮੈਂ ਕਿਹਾ ਬਾਣੀ ਕਹਿੰਦੀ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਫਿਰ ਤਾਂ ਵਿਰੋਧੀ ਗੱਲ ਹੋ ਗਈ। ਇੱਕ ਬੰਨੇ ਮਾਰੇ ਕਹਿੰਦੇ ਮੱਛੀ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ, ਤੁਸੀਂ ਰੁੱਖ 'ਤੇ ਚੜਾ। ਇਹ ਗੱਲ ਇਹ ਤਾਂ ਕਹੀ, ਇਹ ਜੀਵ ਰੂਪੀ ਮੱਛੀ ਵਿਸ਼ਿਆਂ ਵਿਕਾਰਾਂ ਦੇ ਰੁੱਖਾਂ 'ਤੇ ਜਾ ਚੜੀ। ਤੁਸੀਂ ਜਾ ਕੇ ਪੜ੍ਹ ਲਓ ਪ੍ਰੋਫੈਸਰ ਸਾਹਿਬ ਸੁਣ, ਅਤੇ ਉਹਦੇ ਨਾਲ ਅਰਥ ਭਾਵ ਅਰਥ ਵੀ ਕੀਤੇ ਨੇ। ਉੱਥੇ ਨੇ ਜਲ ਕੀ ਮਛਲੀ, ਹੁਣ ਸ਼ੁਰੂ ਹੁੰਦਾ ਪਹਿਲਾਂ ਪੂਤ। ਹੁਣ ਦੱਸਿਓ ਪਹਿਲਾਂ ਮਾਂ ਦਾ ਜਨਮ ਹੁੰਦਾ ਕਿ ਪੁੱਤਰ ਦਾ, ਬੋਲ ਕੇ ਦੱਸਿਓ ਜੀ, ਉੱਚੀ ਬੋਲੋ ਜੀ। ਪਹਿਲਾਂ ਮਾਂ ਆਏਗੀ, ਪੁੱਤ ਬਾਅਦ 'ਚ ਆਏਗਾ ਨਾ। ਇੱਥੇ ਦੇ ਬਾਬਾ ਕਪੀਰ ਜੀ ਕਹਿੰਦੇ ਨੇ ਪਹਿਲਾਂ ਪੂਤ ਅਤੇ ਪਛੇਰੀ ਮਾਈ, ਪਹਿਲਾਂ ਪੁੱਤ ਆਇਆ ਅਤੇ ਮਾਂ ਬਾਅਦ 'ਚ ਆਈ। ਉਹ ਕਿਹੜੀ ਮਾਂ ਹੈ ਜਿਹੜੀ ਪੁੱਤ ਦੇ ਆਉਣ ਤੋਂ ਬਾਅਦ 'ਚ ਆਉਂਦੀ ਹੈ? ਇੱਥੇ ਪੁੱਤ ਦਾ ਅਰਥ ਹੈ ਇਹ ਜੀਵ, ਇਹ ਜੀਵ ਰੱਬ ਦਾ ਜੀਵ, ਇਹ ਦੁਨੀਆਂ 'ਤੇ ਪਹਿਲਾਂ ਆਇਆ ਅਤੇ ਮਾਈ, ਪਹਿਲਾਂ ਪੂਤ ਪਛੇਰੀ ਮਾਈ, ਇਹਦੇ ਮਗਰੋਂ ਮਾਈ ਆਈ। ਮਾਈ ਕਿਹੜੀ? ਮੈਂ ਮੇਰੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਹਿਲਾਂ ਇਹ ਆਇਆ, ਬਾਅਦ 'ਚ ਮਾਇਆ ਆਈ। ਹੁਣ ਜਿਹਨਾਂ ਇਕੋਤਰੀਆਂ ਕੀਤੀਆਂ, ਜਿਹਨਾਂ ਸੰਪਟ ਪਾਠ ਕੀਤੇ, ਉਹਨਾਂ ਨੂੰ ਇਹਨਾਂ ਸ਼ਬਦਾਂ ਦੇ ਅਰਥ ਕਿੱਥੋਂ ਸਮਝਾਉਣੇ ਨੇ? ਜਿਹਨਾਂ ਨੇ ਇੱਕ ਪਾਠ ਦਾ ਭੋਗ ਪਾਇਆ, ਦੂਜਾ ਸ਼ੁਰੂ ਕਰਤਾ, ਅੱਗੇ ਬੋਲੋ, ਦੂਜੇ ਦਾ ਭੋਗ ਪਾਇਆ ਅਤੇ ਤੀਜਾ ਸ਼ੁਰੂ ਕਰਤਾ। ਸਮਝਣ ਵਾਸਤੇ ਵੀ ਤਾਂ ਅੱਗੇ ਦਿਮਾਗ ਚਾਹੀਦਾ ਹੈ ਨਾ। ਤੁਸੀਂ ਕਿਸੇ ਗੱਲ ਨੂੰ ਜਿੰਨੀ ਮਰਜ਼ੀ ਗੱਲ ਸਿਆਣੀ ਕਰ ਲਓ, ਪਰ ਗੱਲ ਸਮਝਣ ਵਾਸਤੇ ਵੀ ਤਾਂ ਅੱਗੇ ਬੰਦੇ ਦਾ ਦਿਮਾਗ ਚਾਹੀਦਾ ਵੀ ਜਿਸ ਗੱਲ ਖਾਨੇ ਪੈ ਸਕੇ। ਹੁਣ ਮੈਨੂੰ ਅੱਗੇ ਆਉਂਦੇ ਜੀ ਬਾਣੀ 'ਚ ਇੱਦਾਂ ਹੋ ਸਕਦਾ, ਮੈਂ ਕਿਹਾ ਬਾਣੀ 'ਤੇ ਇਹ ਵੀ ਲਿਖਿਆ ਬਿਨ ਅਸਥਨ ਗਊ ਲਵੇਰੀ। ਉਹ ਗਾਂ ਲੱਭੋ ਜਿਹੜੇ ਥਾਣ ਹੈ ਨਹੀਂ, ਪਰ ਲਵੇਰੀ ਬੜੀ ਹੈ, ਦੁੱਧ ਵੀ ਦਿੰਦੀ ਹੈ। ਪਿੱਛੇ ਜੇ ਉਹਨਾਂ ਮੱਛੀ ਲੱਭ ਕੇ ਲੈਂਦੀ, ਕਹਿੰਦੇ ਮੱਛੀ ਇੱਦਾਂ ਤਾਂ ਛਾਲ ਮਾਰਦੀ ਹੈ, ਉਹ ਵੇਖੋ ਜੀ ਰੁੱਖ 'ਤੇ ਜਾ ਚੜੀ। ਉਹ ਚੜ੍ਹਦੀ ਨਹੀਂ ਵਿਖਾਈ, ਇੱਦਾਂ ਤਾਂ ਉਹਨੂੰ ਛਾਲ ਮਾਰਦੀ, ਉਹ ਵੀ ਕਿਤੇ ਰੁੱਖ, ਕਿਤੇ ਸਮੁੰਦਰ, ਦਰਿਆ ਦੇ ਕੰਢੇ, ਸਮੁੰਦਰ ਕੰਢੇ ਕਿਤੇ ਹੋਣਾ ਹੈ। ਮੈਨੂੰ ਝੂਠਾ ਸਾਬਤ ਕਰਨ ਵਾਸਤੇ ਵੀ ਆਹ ਵੇਖੋ ਜੀ। ਹੁਣ ਮੈਂ ਅਗਲਾ ਸਵਾਲ ਕਰਦਾ, ਲਾਈਵ ਸੁਣਦੇ ਹੋਣੇ ਕਈ ਘਰਾਂ 'ਚ, ਉਹ ਗਾਂ ਵੀ ਲੱਭ ਕੇ ਵਿਖਾਓ ਜਿਹਦੇ ਥਾਣ ਹੈ ਨਹੀਂ ਅਤੇ ਲਵੇਰੀ ਹੈ। ਬਾਣੀ 'ਤੇ ਵੀ ਲਿਖਿਆ ਬਿਨ ਅਸਥਨ, ਉੱਚੀ ਬੋਲੋ, ਬਾਣੀ 'ਤੇ ਵੀ ਲਿਖਿਆ ਬਿਨ ਅਸਥਨ ਗਊ ਲਵੇਰੀ, ਪੈਂਡੇ ਬਿਨ ਬਾਟ ਕਨੇਰੀ। ਪੈਂਡਾ ਹੈ ਨਹੀਂ ਗਾ, ਪਰ ਵਾਟ ਬੜੀ ਲੰਮੀ ਹੈ, ਪੈਂਡਾ ਹੈ ਹੀ ਨਹੀਂ ਹੈ। ਗੱਲ ਮਨ ਦੀ ਹੋ ਰਹੀ ਹੈ, ਇੱਥੇ ਮਨ ਦੀ ਗੱਲ ਹੋ ਰਹੀ ਹੈ ਵੀ ਇਹ ਮਨ ਸ਼ੇਕ ਚਲੀ ਆ, ਵੀ ਥਣ ਵੀ ਹੈ ਨਹੀਂ ਅਤੇ ਗਾਂ ਵੀ ਹੈ ਨਹੀਂ ਅਤੇ ਗਾਂ ਲਵੇਰੀ ਹੈ। ਮਨ ਵੀ ਸ਼ੇਕ ਚਲੀ ਦੀਆਂ ਗੱਲਾਂ ਨਹੀਂ ਕਰਦਾ ਹੁੰਦਾ, ਕਈ ਵਾਰੀ ਗੱਲ ਸ਼ੇਕ ਚਲੀ ਮਨ ਦੀਆਂ ਗੱਲਾਂ ਹੋ ਰਹੀਆਂ ਨੇ। ਗੁਰਬਾਣੀ ਦਾ ਇੱਕ ਇੱਕ ਸ਼ਬਦ, ਭਾਵੇਂ ਉਹ ਸ਼ੇਰ ਦੀ ਗੱਲ ਹੈ, ਭਾਵੇਂ ਹਿਰਨ ਦੀ ਗੱਲ ਹੈ, ਭਾਵੇਂ ਮੱਛੀ ਦੀ ਗੱਲ ਹੈ, ਭਾਵੇਂ ਪਤੰਗੇ ਦੀ ਗੱਲ ਹੈ, ਸਮਝਾਈ ਬੰਦੇ ਦੇ ਮਨ ਨੂੰ ਹੀ ਗਈ ਹੈ। ਇੱਥੇ ਕਿਹੜਾ ਜੀਵ ਕਿੱਥੇ ਚੜ੍ਹਦਾ, ਰੁੱਖ 'ਤੇ ਚੜ੍ਹਦਾ ਕਿ ਨਹੀਂ ਚੜ੍ਹਦਾ, ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਦੇਖੋ ਤੁਸੀਂ, ਵੇਖੋ ਜਿਹੜੇ ਬਾਣੀ ਨੂੰ ਵਿਗਾੜਦੇ ਨੇ। ਮੈਂ ਹੁਣ ਤੁਹਾਡੇ ਸਾਹਮਣੇ ਸਵਾਲ ਕਿਤੇ ਲੱਭ ਕੇ ਲਿਆ, ਹੁਣ ਅੱਗੇ ਵੀ ਲਿਖਿਆ ਪਹਿਲਾਂ ਪੂਤ ਪਛੇਰੀ ਮਾਈ, ਪਹਿਲਾਂ ਪੁੱਤ ਆਇਆ, ਪੁੱਤ ਕਿਹੜਾ ਆਇਆ, ਜੀਵ ਆਇਆ, ਮਗਰੇ ਮਾਈ ਆਈ, ਮਗਰੇ ਮੈਂ ਮੇਰੀ ਆ ਗਈ। ਪਹਿਲਾਂ ਪੂਤ ਪਛੇਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ, ਗੁਰੂ ਚੇਲੇ ਦੀ ਪੈਰੀ ਪੈ ਗਿਆ। ਦੱਸਿਓ ਚੇਲਾ ਗੁਰੂ ਦੇ ਪੈਰੀ ਪੈਂਦਾ ਕਿ ਗੁਰੂ ਚੇਲੇ ਦੀ ਪੈਰੀ ਪੈਂਦਾ ਜੀ? ਚੇਲਾ ਗੁਰੂ, ਇੱਥੇ ਲਿਖਿਆ ਗੁਰ ਲਾਗੋ ਚੇਲੇ ਕੀ ਪਾਈ, ਇੱਥੇ ਗੁਰੂ ਕੌਣ ਹੈ? ਗੁਰ ਲਾਗੋ, ਗੁਰੂ ਮਤ ਹੈ, ਚੇਲਾ ਮਨ ਹੈ। ਮਤ ਰੂਪੀ ਗੁਰੂ ਚੇਲੇ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਜੋ ਮਨ ਕਹਿੰਦਾ ਮਤ ਉਹ ਕਰੀ ਜਾਂਦੀ ਹੈ। ਮਨ ਕਹਿੰਦਾ ਛੱਡ ਪਰਾਂ ਇਹ ਕੰਮ ਨਹੀਂ ਹੋਣਾ, ਮਤ ਕਹਿੰਦੀ ਠੀਕ ਹੈ। ਗੁਰ ਲਾਗੋ ਚੇਲੇ ਕੇ ਭਾਈ, ਇੱਕ ਅਚੰਭੋ ਸੁਣੋ ਤੁਮ ਭਾਈ, ਇੱਕ ਹੈਰਾਨੀ ਵਾਲੀ ਗੱਲ ਸੁਣੋ। ਹੈਰਾਨੀ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਗੱਲ ਹੋ ਨਾ ਸਕਦੀ ਹੋਵੇ ਤੇ ਹੋ ਜਾਏ। ਕਹਿੰਦੀ ਇੱਕ ਅਚੰਭੋ ਸੁਣੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ। ਅੱਜ ਮੈਂ ਸ਼ੇਰ ਗਾਵਾਂ ਚਾਰਦੇ ਵੇਖਿਆ। ਸ਼ੇਰ ਕੌਣ ਹੈ? ਇਹ ਜੀਵ। ਗਾਵਾਂ ਕੌਣ ਹੈ? ਇਹ ਗਿਆਨ ਇੰਦਰੇ, ਕਰਮ ਇੰਦਰੇ, ਯਾਨੀ ਕਿ ਇਹ ਜੀਵ ਰੂਪੀ ਸ਼ੇਰ ਅੱਜ ਗਾਵਾਂ ਨੂੰ ਚਾਰ ਰਿਹਾ, ਯਾਨੀ ਕਿ ਇਹ ਕੰਨ ਆਉਂਦੇ ਆ, ਸਾਡਾ ਚੰਗਾ ਸੁਣਨ ਨੂੰ ਜੀ ਨਹੀਂ ਕਰਦਾ, ਅੱਖਾਂ ਕਹਿੰਦੀਆਂ ਸਾਡਾ ਅੱਜ ਚੰਗਾ ਵੇਖਣ ਨੂੰ ਜੀ ਨਹੀਂ ਕਰਦਾ। ਇਹ ਹੈਗਾ ਜੀਵ ਸ਼ੇਰ ਸੀ ਅਤੇ ਇਹਨਾਂ ਨੂੰ ਖੁਸ਼ ਕਰਨ ਵਿੱਚ ਲੱਗਾ ਹੋਇਆ, ਚਾਰ ਰਿਹਾ ਇਹਨਾਂ ਦੀ ਖੁਰਾਕ ਲੈ ਕੇ। ਹੁਣ ਅੱਖਾਂ ਕਹਿੰਦੀਆਂ ਪਰਾਇਆ ਰੂਪ ਤੱਕ, ਸ਼ੇਰ ਕਹਿੰਦਾ ਠੀਕ ਹੈ। ਕੰਨ ਕਹਿੰਦੇ ਮਾੜਾ ਸੁਣਨਾ, ਕੰਨ ਕਹਿੰਦੇ ਗੀਤ ਸੁਣਨੇ 5 ਘੰਟੇ, ਕਹਿੰਦਾ ਠੀਕ ਹੈ ਸੁਣਾ ਦੇਣਾ ਤੈਨੂੰ, ਸ਼ੇਰ ਗਾਵਾਂ ਚਾਰਨ ਲੱਗ ਪਿਆ।
ਹੁਣ ਦੱਸਿਓ ਸ਼ਬਦ ਤੇ ਕੱਲਾ ਕੱਲਾ ਬੰਦੇ ਦੇ ਮਨ ਨੂੰ ਸਮਝਾਉਣ ਲਈ ਹੈ। ਦੇਖ ਤਾਂ ਸਿੰਘ ਚਰਾਵਤ ਗਾਈ, ਚੱਲ ਕੀ ਮਛਲੀ ਤਰਵਰ ਬਿਆਈ। ਹੁਣ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਇਹ ਜੀਵ ਮੱਛੀ ਹੈ, ਪਾਣੀ ਗੁਰੂ ਦੀ ਸੰਗਤ ਹੈ, ਗੁਰੂ ਦਾ ਉਪਦੇਸ਼ ਹੈ। ਇਹ ਜੀਵ ਰੂਪੀ ਮੱਛੀ ਜਿਹੜੀ ਪਾਣੀ ਤੋਂ ਬਿਨਾਂ ਕਦੀ ਮਰ ਜਾਂਦੀ ਸੀ, ਅੱਜ ਵਿਸ਼ਿਆਂ ਵਿਕਾਰਾਂ ਦੇ ਰੁੱਖਾਂ 'ਤੇ ਜਾ ਚੜੀ, ਆਪ ਹੀ ਨਹੀਂ ਚੜੀ, ਜਾ ਕੇ ਬੱਚਿਆਂ ਦਾ ਜਨਮ ਵੀ ਉੱਥੇ ਕਰਤਾ, ਯਾਨੀ ਕਿ ਆਪ 'ਤੇ ਪੁੱਠੇ ਬੰਨੇ ਤੁਰੀ ਤੁਰੀ ਆਪਣੀ ਪੀੜ੍ਹੀ ਨੂੰ ਵੀ ਪੁੱਠੇ ਬੰਨੇ ਤੋਰ ਦਿੱਤਾ। ਚੱਲ ਕੀ ਮਛਲੀ ਤਰਵਰ ਬਿਆਈ, ਦੇਖ ਤੂੰ ਕੁੱਤਰਾ। ਕੁੱਤਾ ਕਾਹਦੇ ਲਈ ਘਰ 'ਚ ਰੱਖਿਆ ਜਾਂਦਾ ਸੀ ਜੀ, ਕਿ ਬਿੱਲੀ ਦੁੱਧ ਜੂਠਾ ਨਾ ਕਰ ਦੇ। ਅੱਛਾ, ਚੂਹਿਆਂ ਵਾਸਤੇ ਬਿੱਲੀ ਰੱਖੀ ਜਾਂਦੀ ਸੀ ਅਤੇ ਬਿੱਲੀ ਨੂੰ ਭਜਾਉਣ ਲਈ ਅੱਗੇ ਕੁੱਤਾ ਰੱਖਿਆ। ਇੱਥੇ ਕੰਮ ਉਲਟਾ ਹੋ ਗਿਆ, ਦੇਖ ਤੂੰ ਕੁੱਤਰਾ। ਲੈ ਗਈ ਬਿਲਾਈ, ਬਿੱਲੀ ਕੁੱਤੇ ਨੂੰ ਮੂੰਹ 'ਚ ਪਾ ਕੇ ਭੱਜੀ ਫਿਰਦੀ ਹੈ। ਬਿੱਲੀ ਕੁੱਤੇ ਨੂੰ ਮੂੰਹ 'ਚ ਪਾ ਕੇ ਭੱਜੀ ਫਿਰਦੀ। ਹੁਣ ਕੁੱਤਾ ਰੱਖਿਆ ਤੁਸੀਂ ਬਿੱਲੀ ਨੂੰ ਭਜਾਉਣ ਲਈ, ਅਤੇ ਬਿੱਲੀ ਤਗੜੀ ਹੋਵੇ ਕੁੱਤੇ ਨੂੰ ਮੂੰਹ 'ਚ ਪਾ ਕੇ ਭੱਜੀ ਫਿਰੇ। ਹੁਣ ਇੱਥੇ ਬਿੱਲੀ ਕੌਣ ਹੈ? ਤ੍ਰਿਸ਼ਨਾ, ਤ੍ਰਿਸ਼ਨਾ ਬਿੱਲੀ। ਇੱਥੇ ਕੁੱਤਾ ਹੈ ਸੰਤੋਖ, ਕਿਉਂਕਿ ਬਾਣੀ 'ਚ ਆਖਿਆ ਨਾ, ਸਵਾਮੀ ਕੋਗਰੇ ਜਿਉਂ ਸਦਾ ਸਵਾਨ ਤਜਤਨੀ ਨਿਤ। ਜੇ ਸਬਰ ਸਿੱਖਣਾ ਤਾਂ ਕੁੱਤੇ ਕੋਲੋਂ ਸਿੱਖ, ਤੇਰੀ ਮਰਜ਼ੀ ਉਹਨੂੰ ਬੁਰਕੀ ਪਾ ਦੇ, ਤੇਰੀ ਮਰਜ਼ੀ ਉਹਨੂੰ ਬੁਰਕੀ ਨਾ ਪਾ ਦੇ। ਬੰਦੇ ਦੇ ਅੰਦਰ ਦਾ ਸੰਤੋਖ ਤ੍ਰਿਸ਼ਨਾ ਰੂਪੀ ਬਿੱਲੀ ਲੈ ਕੇ ਭੱਜ ਗਈ, ਤਾਂ ਹੀ ਅੱਜ ਬੰਦਿਆਂ ਦੇ ਵਿੱਚੋਂ ਸੰਤੋਖ ਗਵਾਚ ਗਿਆ ਅਤੇ ਤ੍ਰਿਸ਼ਨਾ ਵੱਧ ਗਈ। ਦੇਖ ਤੇ ਕੁੱਤਰਾ ਲੈ ਗਈ ਬਿਲਾਈ, ਤਲੇ ਰੇ ਬੈਸਾਂ ਉੱਪਰ ਸੂਲਾ, ਤਲੇ ਰੇ ਬੈਸਾਂ, ਟਾਹਣੀਆਂ ਥੱਲੇ ਕਰ ਲਈਆਂ ਅਤੇ ਮੁੱਢ ਉੱਤੇ ਕਰ ਲਿਆ। ਹੁਣ ਦਰਖਤ ਦੀਆਂ ਜੜ੍ਹਾਂ ਥੱਲੇ ਹੁੰਦੀਆਂ, ਟਾਹਣੀਆਂ ਉੱਪਰ ਹੁੰਦੀਆਂ, ਇੱਥੇ ਕੰਮ ਉਲਟਾ ਹੋ ਗਿਆ। ਟਾਹਣੀਆਂ ਥੱਲੇ ਕਰ ਲਈਆਂ ਅਤੇ ਮੁੱਢ ਉੱਤੇ ਕਰ ਲਿਆ। ਟਾਹਣੀਆਂ ਕੀ ਆ? ਵਿਸ਼ੇ ਵਿਕਾਰ, ਲੋੜਾਂ। ਮੁੱਢ ਕੀ ਆ? ਸੱਚ, ਸੱਚ ਨਾਲੋਂ ਟੁੱਟ ਗਿਆ, ਸੱਚ ਨੂੰ ਉੱਤੇ ਕਰ ਦਿੱਤਾ ਅਤੇ ਟਾਹਣੀਆਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਤਲੇ ਰੇ ਬੈਸਾਂ ਉੱਪਰ ਸੂਲਾ, ਤਿਸਕੇ ਪੇੜ ਲੱਗਿਆ ਫਲ ਫੂਲਾ। ਹੁਣ ਜਿਹੜੇ ਦਰਖਤ ਦੀਆਂ ਜੜ੍ਹਾਂ ਹੀ ਤਾਂ ਇਹੋ ਦਰਖਤ ਨੂੰ ਫਲ ਅਤੇ ਫੁੱਲ ਕਿਹੋ ਜਿਹੇ ਲੱਗਣਗੇ? ਜਾਣ ਕੇ ਜਿਹੜਾ ਧੁਰੇ ਨਾਲ ਟੁੱਟ ਗਿਆ। ਤਲੇ ਰੇ ਬੈਸਾਂ ਉੱਪਰ ਸੂਲਾ, ਤਿਸਕੇ ਪੇੜ ਲੱਗੇ ਫਲ ਫੂਲਾ, ਘੋੜੇ ਚੜ। ਅੱਛਾ, ਅੱਗੇ ਆਖਿਆ ਘੋੜੇ ਚੜ ਭੈਂਸ ਚਰਾਵਣ ਜਾਈ। ਘੋੜੇ ਉੱਤੇ ਮੱਝ ਚੜ ਕੇ ਚੁਗਣ ਜਾਂਦੀ ਹੈ, ਹੁਣ ਉਹ ਮੱਝ ਵੀ ਲੱਭੋ ਜੀ ਘੋੜੇ 'ਤੇ ਚੜ ਕੇ ਚੁਗਣ ਜਾਂਦੀ ਹੈ। ਬੋਲੋ ਜੀ, ਮੱਛੀ ਤਾਂ ਲੱਭ ਲਈ, ਇੱਥੇ ਲਿਖਿਆ ਘੋੜੇ ਚੜ। ਅੱਗੇ ਬੋਲੋ, ਘੋੜੇ ਦੇ ਉੱਤੇ ਸਵਾਰੀ ਮੱਝ ਕਰਦੀ ਹੈ ਅਤੇ ਫਿਰ ਮੱਝ ਚੁਗਣ ਜਾਂਦੀ ਹੈ, ਕਿਉਂ ਜੀ? ਮੱਝ ਆਪਣੇ ਆਪ ਨਹੀਂ ਤੁਰ ਸਕਦੀ। ਇੱਥੇ ਘੋੜਾ ਕੌਣ ਹੈ? ਮਨ। ਇੱਥੇ ਮੱਝ ਕੀ ਆ? ਵਾਸ਼ਨਾ, ਵਾਸ਼ਨਾ ਰੂਪੀ ਮੱਝ ਮਨ ਰੂਪੀ ਘੋੜੇ 'ਤੇ ਸਵਾਰ ਹੁੰਦੀ ਆ, ਫਿਰ ਇਹਨੂੰ ਭਜਾਉਂਦੀ ਆ ਵੀ ਅੱਜ ਸਮਾਗਮ 'ਚ ਨਹੀਂ ਜਾਣਾ, ਅੱਜ ਫਲਾਣੇ ਥਾਂ 'ਤੇ ਜੂਆ ਖੇਡਿਆ ਜਾ ਰਿਹਾ, ਉੱਥੇ ਚੱਲੀਏ। ਆਪਾਂ ਬਰਾਤ 'ਚ ਆਏ ਹਾਂ, ਲਾਵਾਂ 'ਤੇ ਨਹੀਂ ਪਹੁੰਚਣਾ। ਪੈਲਸ ਵਿੱਚ ਡੀਜੇ ਲੱਗਾ, ਉੱਚੀ ਬੋਲੋ। ਮਨ ਰੂਪੀ ਘੋੜੇ 'ਤੇ ਕੌਣ ਸਵਾਰ ਆ? ਵਾਸ਼ਨਾ ਰੂਪੀ ਮੱਝ, ਘੋੜੇ ਚੜ। ਹੁਣ ਇਹਨਾਂ ਸ਼ਬਦਾਂ ਨੂੰ ਸਮਝਣ ਲਈ ਟਕਾ ਚਾਹੀਦਾ ਕਿ ਨਹੀਂ ਚਾਹੀਦਾ? ਬੋਲ ਕੇ ਦੱਸਿਓ। ਇਹ ਸ਼ਬਦਾਂ ਨੂੰ ਸਮਝਣ ਵਾਸਤੇ ਸੁਰਤ ਵੀ ਓਨੀ ਉੱਚੀ ਚਾਹੀਦੀ ਨਾਲ, ਅਤੇ ਕੋਤਰੀਆਂ ਹੋ ਰਹੀਆਂ ਇਹਨਾਂ ਸ਼ਬਦਾਂ ਦੀਆਂ, ਸ਼ੰਪਟ ਪਾਠ ਲੱਗ ਰਹੇ ਨੇ। ਘੋੜੇ ਚੜ ਭੈਂ ਚਰਾਵਣ ਜਾਈ, ਬਾਹਰ ਬੈਲ ਗੋਣ ਘਰੇ ਆਈ। ਇਹਨੂੰ ਸੌਖਾ ਸਮਝੋ, ਬਾਹਰ ਬੈਲ ਗੋਣ ਘਰੇ ਆਈ। ਕਹਿ ਤਬੀਰ ਜੋ ਇਸ ਪਦ ਪੁੱਜੈ, ਰਾਮ ਰਮਤ ਅਤੇ ਸਭ ਕੁਛ ਪੁੱਜੈ। ਜਿਹੜਾ ਸੱਚ ਨਾਲ ਜੁੜਦਾ, ਸੱਚ ਨਾਲ ਜੁੜਦਾ, ਉਹਨੂੰ ਇਸ ਦੀ ਸਮਝ ਆ ਜਾਂਦੀ। ਇੱਦਾਂ ਗੁਰਬਾਣੀ ਵਿੱਚ ਸੈਂਕੜੇ ਸ਼ਬਦ ਨੇ ਜਿਹੜੇ ਮਨ ਨੂੰ ਸਮਝਾਏ ਗਏ ਨੇ, ਜਿੱਥੇ ਮਨ ਨੂੰ ਉਪਦੇਸ਼ ਤੱਕ ਬਾਰ ਬਾਰ ਉਪਦੇਸ਼ ਦੇ ਕੇ ਮਨ ਨੂੰ ਸਮਝਾਇਆ ਹੈ। ਗੁਰਬਾਣੀ ਸ਼ੇਰ, ਹੁਣ ਬਘਿਆੜ ਦੀ ਗੱਲ ਵੀ ਆਈ ਹੈ। ਰੇ ਮਨ ਡੀਗ ਨਾ ਡੋਲੀਏ, ਸਿੱਧੇ ਮਾਰਗ ਧਾਓ, ਪਾਛੇ ਬਾਘ ਡਰਾਵਣੋ। ਪਿੱਛੇ ਬਘਿਆੜ ਹੈ, ਆਗੇ ਅਗਨ ਤਲਾਓ। ਹੁਣ ਕਿਹੜਾ ਬਘਿਆੜ ਜਿਹੜਾ ਬੰਦੇ ਨੂੰ ਖਾਂਦਾ? ਬੁਰਾਈ ਬਘਿਆੜ ਆ ਜਿਹੜੀ ਬੰਦੇ ਨੂੰ ਖਾਈ ਜਾਂਦੀ ਆ। ਵਿਸ਼ੇ ਵਿਕਾਰ ਬਘਿਆੜ ਆ ਜਿਹੜੇ ਬੰਦੇ ਨੂੰ, ਬੋਲੋ, ਖਾਈ ਜਾਂਦੇ ਆ। ਅੱਜ ਇਸ ਬਘਿਆੜ ਨੇ ਕਿੰਨਿਆਂ ਮਾਵਾਂ ਦੇ ਪੁੱਤ ਖਾ ਲਏ, ਇਸ ਬਘਿਆੜ ਨੇ ਕਿੰਨਿਆਂ ਪਤਨੀਆਂ ਦੇ ਪਤੀ ਖਾ ਲਏ, ਇਸ ਬਘਿਆੜ ਨੇ ਕਿੰਨਿਆਂ ਪਤੀਆਂ ਦੀਆਂ ਪਤਨੀਆਂ ਖਾ ਲਈਆਂ। ਬਘਿਆੜ ਹੀ ਹੈ ਜਿੱਥੇ ਪਤਨੀ ਆਪਣੇ ਜੀਵਨ ਸਾਥੀ ਨੂੰ ਜ਼ਹਿਰ ਦੇ ਕੇ ਭੱਜ ਜਾਂਦੀ ਹੈ, ਉਹ ਆਪਣੇ ਪਤਨੀ ਦਾ ਗਲ ਘੁੱਟ ਕੇ ਉੱਥੇ ਫਰਾਰ ਹੋ ਜਾਣਾ, ਕਿਤੇ ਦਾਜ ਕਰਕੇ ਧੀਆਂ ਮਾਰੀ ਜਾ ਰਹੀ, ਕਿਤੇ ਭਰਾ ਭਰਾ ਨੂੰ ਇਸ ਕਰਕੇ ਮਾਰ ਰਿਹਾ ਜੀ ਜਾਇਦਾਦ ਵੱਡੀ ਹੋ ਜਾਏ। ਬਘਿਆੜ ਖਾ ਰਿਹਾ, ਕਿਹੜਾ ਬਘਿਆੜ? ਬੁਰਾਈ ਬਘਿਆੜ ਹੈ ਜਿਹੜੀ ਤੈਨੂੰ ਬੁਰੇ ਕੰਮ ਲਈ ਮਜਬੂਰ ਕਰਦੀ।
ਗੁਰਬਾਣੀ ਦਾ ਇੱਕ ਇੱਕ ਸ਼ਬਦ, ਗੁਰਬਾਣੀ ਦੀ ਇੱਕ ਇੱਕ ਤੁਕ ਸਾਡੇ ਅੱਜ ਵਰਤਮਾਨ ਦੀ ਗੱਲ ਕਰਦੀ, ਅਸੀਂ ਬੈਠੇ ਹੁਣ ਦੀ ਗੱਲ ਕਰਦੀ। ਗੁਰੂ ਸਾਹਿਬ ਨੇ ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਅੱਜ ਦੀ ਗੱਲ ਕੀਤੀ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ। ਵੱਖਰੀ ਗੱਲ ਹੈ ਕਿਸੇ ਦੇ ਸਮਝ ਨਾ ਆਵੇ, ਉਹ ਵੱਖਰੀ ਗੱਲ ਹੈ ਵੀ ਉਹਦੇ ਸਮਝ ਨਾ ਆਵੇ ਉਹ ਇਸ ਗੱਲ ਨੂੰ ਕਵੇ ਨਹੀਂ ਜੀ, ਬਾਣੀ ਇੰਜ ਨਹੀਂ ਹੋ ਸਕਦੀ। ਬਾਣੀ ਹੁਣ ਦੀ ਗੱਲ ਕਰਦੀ ਹੈ, ਹੁਣ ਦੀ। ਜਦੋਂ ਅਸੀਂ ਗੁਰਬਾਣੀ ਚ ਇੱਦਾਂ ਦੇ ਸ਼ਬਦ ਪੜ੍ਹਦੇ ਹਾਂ ਕਿ ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ, ਬੰਦਾ ਮਰਦਾ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਮਰਦਾ ਦਸ ਕੰਮ ਸਵਾਰਦਾ। ਹੁਣ ਕੱਲ੍ਹ ਨੂੰ ਕੋਈ ਬੱਚਾ ਘਰ ਜਾ ਕੇ ਸਵਾਲ ਕਰਦੇ, ਮਾਂ ਬਾਣੀ ਲਿਖਿਆ ਨਰੂ ਮਰੈ ਨਰ ਕਾਮ ਨਾ ਆਵੇ, ਭਾਈ ਸਾਹਿਬ ਗੁਰਦੁਆਰੇ ਕਹਿ ਰਹੇ ਸੀ ਬੰਦਾ ਮਰਦਾ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਮਰਦਾ ਤੇ ਦਸ ਕੰਮ ਸਵਾਰਦਾ। ਕਈਆਂ ਨੇ ਆਪਣੇ ਮਰਨ ਪ੍ਰਤੀ ਆਪਣੇ ਸਰੀਰ ਨੂੰ ਦਾਨ ਕੀਤਾ ਹੁੰਦਾ, ਡੋਨੇਟ ਕੀਤਾ ਹੁੰਦਾ ਵੀ ਇਹਦੇ ਵਿੱਚੋਂ ਤੁਸੀਂ ਪਾਠ ਕੱਢ ਕੇ ਸਰੀਰ ਦੇ ਕੋਈ ਪਾਠ ਵਰਤ ਸਕਦੇ ਜੀ, ਕਈ ਅੱਖਾਂ ਦਾਨ ਕਰ ਜਾਂਦੇ ਆ। ਉਸ ਬੱਚੇ ਨੇ ਸਵਾਲ ਕੀਤਾ, ਮਾਂ ਮੇਰੇ ਦੋਸਤ ਦੇ ਪਿਤਾ ਦੀਆਂ ਅੱਖਾਂ ਕੰਮ ਆਈਆਂ, ਗੁਰਦਾ ਕੰਮ ਆ ਗਿਆ, ਕਈ ਸਰੀਰ ਦੇ ਪਾਠ ਜਿਹੜੇ ਕੰਮ ਆ ਜਾਂਦੇ ਨੇ। ਇੱਥੇ ਲਿਖਿਆ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਦਸ ਵਾਰ। ਹੁਣ ਰਹਾਓ ਦਾ ਬੰਦੇ ਆਪਣੇ ਕਰਮ ਕੀ ਗੱਤ ਕੇ, ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ। ਗੱਲ ਉੱਥੇ ਹੋ ਰਹੀ ਨਰੂ ਮਰੇ, ਜਦੋਂ ਬੰਦੇ ਵਿੱਚੋਂ ਇਨਸਾਨੀਅਤ ਮਰਦੀ ਆ, ਨਰ ਕਾਮ ਨਾ ਆਵੇ, ਉਹ ਬੰਦਾ ਤੇ ਆਪਣੀ ਮਾਂ ਦੇ ਕੰਮ ਜੋਗਾ ਵੀ ਨਹੀਂ ਰਹਿੰਦਾ, ਬੱਚਿਆਂ ਦੇ ਕੰਮ ਜੋਗਾ, ਪਿਤਾ ਦੇ ਕੰਮ ਜੋਗਾ, ਭਰਾਵਾਂ ਦੇ ਕੰਮ ਜੋਗਾ, ਜੇ ਘਰਦਿਆਂ ਦੇ ਕੰਮ ਜੋਗਾ ਹੁੰਦੇ ਆ ਤੇ ਬਾਹਰਲਿਆਂ ਦੇ ਕੰਮ ਜੋਗਾ ਕਿੱਥੋਂ ਰਹਿਣਾ ਸੀ, ਇਨਸਾਨੀ ਤਾਂ ਮਰ ਗਈ ਨਾ। ਨਰੂ ਮਰੇ ਨਰ ਕਾਮ ਨਾ ਆਵੇ, ਬੰਦੇ ਵਿੱਚੋਂ ਇਨਸਾਨੀਅਤ ਮਰ ਗਈ ਤੇ ਬੰਦਾ ਕਿਸੇ ਕੰਮ ਜੋਗਾ ਨਹੀਂ, ਪਰ ਪਸ਼ੂ ਮਰੇ, ਜਦੋਂ ਇਹਦੇ ਅੰਦਰੋਂ ਪਸ਼ੂ ਮਰੇ, ਕਿਹੜੇ ਪਸ਼ੂ, ਕਰਤੂਤ ਪਸ਼ੂ ਕੀ ਮਾਨਸ ਜਾਤ, ਬੰਦੇ ਦੇ ਵਿੱਚ ਹੀ ਪਸ਼ੂ ਤੁਰੇ ਫਿਰਦੇ, ਕਈ ਪਸ਼ੂ ਤੁਰੇ ਫਿਰਦੇ ਬੰਦੇ ਦੇ ਵਿੱਚ। ਜਦੋਂ ਲਾਲ ਚਾਹੁੰਦਾ ਉਦੋਂ ਕੁੱਤਾ ਬਣ ਜਾਂਦਾ, ਜਦੋਂ ਕਾਮ ਵਾਸ਼ਨਾਵਾਂ ਸਵਾਰ ਹੁੰਦੀਆਂ ਉਦੋਂ ਹਾਥੀ ਬਣ ਜਾਂਦਾ, ਜਦੋਂ ਚਸਕਿਆਂ 'ਚ ਪੈਂਦਾ ਉਦੋਂ ਮੱਛੀ ਦੀ ਜੂਨ ਭੁੱਜਦਾ, ਕਿਉਂਕਿ ਮੱਛੀ ਵੀ ਤਾਂ ਚਸਕਿਆਂ ਕਰਕੇ ਫੜੀ ਜਾਂਦੀ, ਨਹੀਂ ਤਾਂ ਐਡੇ ਵੱਡੇ ਸਮੁੰਦਰ 'ਚੋਂ ਮੱਛੀ ਨੂੰ ਕੌਣ ਫੜ ਲਵੇ, ਪਰ ਕੀਤੇ ਕਾਰਨ ਪਾਕੜੀ, ਅੱਤ ਸਿਆਣੀ ਸੋਹਣੀ ਫੜੀ ਗਈ ਲਾਲਚ ਕਰਕੇ। ਲੱਖ ਰੁਪਇਆ ਤਨਖਾਹ ਲੈਣ ਵਾਲੇ ਦੇ ਕੌਣ ਹੱਥ ਘੜੀ ਲਾ ਸਕਦਾ ਸੀ, ਕੌਣ ਕੁੱਟ ਫੜਨ ਦੀ ਹਿੰਮਤ ਰੱਖਦਾ ਸੀ, ਪਰ ਅਗਲੇ ਰੋਜ਼ ਰਿਸ਼ਵਤ ਦੇ ਕੇ ਭੇਜਦੇ ਸੀ। ਜਦੋਂ ਫੁੰਡਿਆ ਅਗਲੇ ਨੇ, ਇੱਦਾਂ ਨੇ ਫੁੰਡਿਆ ਵੀ 5-7 ਹਜ਼ਾਰ ਲੈਂਦਾ ਫੜਿਆ ਗਿਆ, ਉਹਨਾਂ ਕਿਹਾ ਜੇਬ 'ਚ ਤੇਰੇ ਪੈਸੇ ਨੇ, ਇਹਦੇ ਅਸੀਂ ਨੰਬਰ ਦੱਸ ਦਿੰਦੇ, ਤੂੰ ਆਨਾ ਤੇਰੇ ਨੇ, ਸਾਡੇ ਕੋਲ ਨੰਬਰ ਕਿੱਦਾਂ ਆ ਗਏ, ਤੂੰ 10 ਮਿੰਟ ਪਹਿਲਾਂ ਕਿਸੇ ਕੋਲੋਂ ਰਿਸ਼ਵਤ ਲਈ ਆ, ਜਿਹਨੂੰ ਕਹਿੰਦੇ ਰੰਗੇ ਹੱਥੀ ਫੜਿਆ ਗਿਆ, ਕੀਤੇ ਕਾਰਨ। ਹੁਣ ਇਹੋ ਜਿਹਾ ਬੰਦਾ ਆਣ ਕੇ ਜੀ ਮੱਛੀ ਦੀ ਜੂਨ ਹੁੰਦੀ ਹੈ, ਬਿਲਕੁਲ ਹੁੰਦੀ ਹੈ ਜੀ, ਫਰਕ ਹੈ ਉਹ ਪਾਣੀ 'ਚ ਰਹਿੰਦੀ ਹੈ, ਇਹ ਮੱਛੀ ਗੱਡੀ ਚਲਾਈ ਫਿਰਦੀ ਹੈ, ਇਹ ਮੱਛੀ ਟਾਈ ਸ਼ਾਈ ਲਾ ਕੇ ਦਫ਼ਤਰ ਵਿੱਚ ਬੈਠੀ ਹੁੰਦੀ ਹੈ, ਫਰਕ ਇੰਨਾ ਹੀ ਹੈ, ਫਰਕ ਤਾਂ ਇੰਨਾ ਹੀ ਹੈ, ਉਹ ਮੱਛੀ ਪਾਣੀ 'ਚ ਰਹਿੰਦੀ ਹੈ, ਇਹ ਮੱਛੀ ਰਾਤ ਨੂੰ ਬੈੱਡ 'ਤੇ ਵੀ ਸੌਂ ਜਾਂਦੀ ਹੈ, ਇਹ ਮੱਛੀ ਦੇਸੋਂ ਪ੍ਰਦੇਸ਼ ਵੀ ਚਲ ਜਾਂਦੀ ਹੈ, ਇਹ ਮੱਛੀ ਹੋਰ ਸਭਦੀ ਹੈ, ਇਸ ਨੂੰ ਵੇਖ। ਹੁਣ ਇਹ ਸ਼ਬਦ ਜਦੋਂ ਸਮਝੋਗੇ ਫਿਰ ਤੁਹਾਨੂੰ ਸਮਝ ਆ ਜੂਗੀ ਵੀ ਸਤਿਗੁਰ ਦੀ ਬਾਣੀ ਇੱਥੋਂ ਦੀ ਗੱਲ ਕਰ ਰਹੀ ਹੈ, ਵਰਤਮਾਨ ਦੀ ਗੱਲ ਕਰ ਰਹੀ ਹੈ, ਵਰਤਮਾਨ ਦੀ। ਰੋਟੀ ਤੁਹਾਡੇ ਸਾਹਮਣੇ ਪਈ ਹੈ, ਤੁਸੀਂ ਕੱਲ੍ਹ ਬਾਰੇ ਸੋਚੀ ਜਾਂਦੇ ਜੀ, ਜਿਹੜੀ ਹੈਗੀ ਇਹਦਾ ਸਵਾਦ ਤਾਂ ਲੈ ਲਓ, ਕੁੱਤੇ ਦੀ ਸਾਖੀ ਇੱਥੋਂ ਹੀ ਪ੍ਰਚਲਿਤ ਹੋਈ ਸੀ ਵੀ ਮਾਸ ਦੀ ਬੋਟੀ ਮੂੰਹ 'ਚ ਹੈ, ਅਗਲਾ ਪਾਣੀ 'ਚ ਵੇਖ ਕੇ ਆਪਣੀ ਬੋਟੀ ਸੁੱਟ ਬੈਠਾ। ਇਹ ਕੰਮ ਬੰਦੇ ਨਾਲ ਨਹੀਂ ਹੋ ਰਿਹਾ, ਰੋਜ਼ ਹੋ ਰਿਹਾ ਬੰਦੇ ਨਾਲ, ਆਪਣੀ ਜਿਹੜੀ ਮਾੜੀ ਮੋਟੀ ਖਾਂਦਾ ਕਿਸੇ ਦੇ ਮਗਰ ਭੱਜਦਾ, ਟਰੱਕਾਂ ਮਗਰ ਲਿਖ ਲਿਖ ਕੇ ਲੈਣਾ, ਕਿਹਨੂੰ ਸਮਝਾਇਆ, ਸਾੜਨਾ ਅੱਗੇ ਰੀਸ ਕਰ, ਸਾੜਨਾ ਰੀਸ ਤੇ ਮਾੜਿਆਂ ਕੰਮਾਂ ਦੀ ਵੀ ਹੁੰਦੀ, ਹੁਣ ਗੁਆਂਢੀ ਸਮੈਕ ਵੇਚਦੇ ਹੁਣ ਤੇ ਉਹਨਾਂ ਟਰੱਕ ਪਾ ਲਿਆ ਹੋਵੇ, ਆਪਾਂ ਵੀ ਰੀਸ ਕਰ ਲਈਏ ਹੁਣ, ਉਹ ਬੋਲੋ ਸਤਸੰਗ ਜੀ, ਗਾਂਢੇ ਗੁਆਂਢੀ ਭੁੱਕੀ ਵੇਚਦੇ ਹੋਣ, ਉਹ ਦੋਵੇਂ ਜੀ ਇਸੇ ਕਾਰੋਬਾਰ ਤੇ ਲੱਗੇ ਹੋਣ ਵੀ ਬੰਦੇ ਨੂੰ ਰਾਜ ਪੁਲਿਸ ਖਿਲਾਰ ਕੇ ਚੈੱਕ ਕਰਦੀ ਹੈ, ਬੀਬੀ ਨੂੰ ਕਹੇ ਤੂੰ ਝੋਲੇ 'ਚ ਕੱਪੜੇ ਪਾ ਲਾ ਤੇ ਨਾਲ 5 ਕੁ ਪੈਕਟ ਨੇ, ਹੋਮ ਡਿਲੀਵਰੀ ਦੇਣੀ ਆਪਾਂ, ਜੇ ਪਾਸ ਹੋ ਗਏ ਤਾਂ ਸੂਟ ਜਿਹੜੀ ਤੇ ਹੱਥ ਰੱਖੇਗੀ ਉਹ ਹੀ, ਜੇ ਫੜੇ ਗਏ ਫਿਰ ਭਾਊ ਬਾਹਰ ਬੈਠੇ ਕਟਾਪਾ ਉਹ ਫੇਰਦੇ ਵੀ ਰਿਮਾਂਡ 'ਤੇ ਲੈ ਲੈਂਦੇ ਆ, ਕੋਈ ਸਤਨਾਮ ਸ੍ਰੀ ਵਾਹਿਗੁਰੂ, ਜੇ ਕਾਮਯਾਬ ਹੋ ਗਏ ਤਾਂ ਸੂਟ ਜਿਹੜੇ ਤੇ ਹੱਥ ਰੱਖੇਗੀ ਉਹ, ਜੇ ਬਚ ਕੇ ਘਰ ਆ ਗਏ ਅੱਗੇ ਬੋਲੋ ਫਿਰ ਸਭ ਕੁਝ ਆਪਣਾ ਹੀ ਹੈ, ਰੀਸ ਰੀਸ ਵੀ ਕਰਨੀ ਤੇ ਚੰਗੇ ਕੂੜੇ ਮੂਰਖ ਕੀ ਹਠੀਸਾ, ਹੱਠ ਵਾਲੀ ਗੱਲ ਵੇਖੋ, ਪਾਣੀ 'ਚ ਬਾਰ ਬਾਰ ਸਮਝਾਇਆ, ਸੇਵਾ ਥੋੜ੍ਹੀ ਮੰਗਣ ਬਹੁਤਾ, ਮੈਲ ਨਾ ਪਾਵੇ ਕਹਿ ਤੋਂ ਬਹੁਤਾ, ਜੋ ਪ੍ਰੇਮ ਮਾਨੇ ਤਿੰਨ ਕੀ ਰੀਸਾ, ਬਾਣੀ 'ਚ ਰੀਸ ਕਰਨ ਦੀ ਗੱਲ ਆਖੀ ਹੈ, ਕਰ ਰੀਸ
ਜੇ ਕੋਈ ਚੰਗੇ ਬੰਦੇ ਰਿਹਾ, ਜੇ ਕੋਈ ਜਿਸ ਬੰਦੇ ਨੇ ਬਿਨਾਂ ਦਾਜ ਦੇ ਤੋਂ ਪੁੱਤਰ ਦਾ ਆਨੰਦ ਕਾਰਜ ਕੀਤਾ, ਕਾਰਨ ਰਿਸ਼ਤੇ ਨੂੰ ਕੌਣ ਮਨਾ ਕਰਦਾ? ਪਰ ਤੂੰ ਰੀਸ ਕਰਦਾ ਗੱਡੀ ਲੈਣ ਵਾਲੀ, ਜੇ ਉਹਨਾਂ ਦੇ 11 ਕਿੱਲੇ ਉਹ ਗੱਡੀ ਲੈ ਸਕਦੇ, ਸਾਡੇ 16 ਨੇ, ਤੂੰ ਰੀਸ ਉਲਟੀ ਕਰਦਾ। ਤੂੰ ਗਿਰਾਵਟ ਵਾਲੇ ਬੰਦੇ ਰੀਸ ਕਰਦਾ, ਚੰਗੇ ਬੰਦੇ ਕਰ। ਸੇਵਾ ਥੋੜੀ, ਮੰਗਣ ਬਹੁਤਾ, ਮੈਲ ਨਾ ਪਾਵੇ ਤੇ ਕਹਿ ਤੋ ਬਹੁਤਾ। ਜੋ ਪ੍ਰੇ ਮਾਨੇ ਇੱਕ ਉਹ ਜੇ ਮੇਰੇ ਨਾਲ ਗੱਲ ਮੰਨੀ ਆ, ਤਿੰਨ ਕੀ ਰੀਸਾ। ਗੁਰੂ ਅਰਜਨ ਸਾਹਿਬ ਮੰਨਣ ਵਾਲਿਆਂ ਦੀ ਕਤਾਰ 'ਚ, ਪ੍ਰਿਥੀ ਚੰਦ ਰੀਸ ਕਰਦਾ ਪਰ ਮੰਨਦਾ ਨਹੀਂ। ਤਾਂ ਮੀਣਾ ਹੋਆ ਪ੍ਰਿਥੀਆ ਲਿਖਿਆ ਸੀ, ਕਰ ਕਰ ਟੇਢਕ ਵਰਨ ਚਲਾਇਆ। ਭਾਈ ਜੇਠਾ ਜੀ ਮੰਨਣ ਵਾਲਿਆਂ ਦੀ ਕਤਾਰ 'ਚ ਹੈ, ਤੇ ਮੋਹਣ ਨੂੰ ਕਮਲਾ ਲਿਖਣਾ ਪਿਆ ਭਾਈ ਗੁਰਦਾਸ ਨੂੰ। ਮੋਹਣ ਕਮਲਾ ਹੋਆ, ਮੋਹਰੀ ਚੁਬਾਰਾ ਮਨਾਇਆ। ਭਾਈ ਗੁਰਦਾਸ ਜੀ ਮੋਹਣ ਨੂੰ ਕਮਲਾ ਲਿਖਦੇ ਆਪਣੀਆਂ ਵਾਰਾਂ 'ਚ। ਸਾਡੇ ਕਥਾਵਾਚਕ ਰਾਗੀ ਢਾਡੀ ਬਹੁਤੇ ਭਾਈ ਗੁਰਦਾਸ ਮੋਹਣ ਦੇ ਕੋਲ ਪੋਥੀਆਂ ਲੈਣ ਭੇਜਦੇ ਗੁਰੂ ਅਰਜਨ ਸਾਹਿਬ ਨੂੰ। ਕੀ ਭੇਜਦੇ ਜੀ? ਪੋਥੀਆਂ ਲੈਣ ਭੇਜਦੇ। ਭਾਈ ਗੁਰਦਾਸ ਜੀ ਮੋਹਣ ਕਮਲਾ ਹੋਆ ਸ਼ਬਦ ਲਿਖ ਰਿਹਾ, ਤੇ ਗੁਰੂ ਅਮਰਦਾਸ ਦੇ ਸਕੇ ਭਤੀਜੇ ਨੇ, ਤੇ ਉਹਨਾਂ ਦੀਆਂ ਵਾਰਾਂ ਨੂੰ ਪ੍ਰਵਾਨਗੀ ਹੋਈ ਆ। ਉਹ ਵਾਰਾਂ ਪ੍ਰਵਾਨ ਨੇ, ਉਹਨਾਂ ਨੇ ਗੱਲਾਂ ਬਹੁਤ, ਕਿਉਂ? ਕਿਉਂਕਿ ਉਹਨਾਂ ਨੇ ਬਾਣੀ ਲਿਖਣ ਤੋਂ ਬਾਅਦ ਵਾਰਾਂ ਲਿਖੀਆਂ ਨੇ, ਅਤੇ ਬਹੁਤ ਜ਼ਿਆਦੀਆਂ ਉਦਾਹਰਨਾਂ ਜਿਹੜੀਆਂ ਗੁਰਬਾਣੀ ਨਾਲ ਮੇਲ ਖਾਂਦੀਆਂ ਉਹਨਾਂ ਦੀਆਂ ਵਾਰਾਂ ਵਿੱਚੋਂ, ਉਹਨਾਂ ਲਿਹਾਜ਼ ਨਹੀਂ ਕੀਤਾ, ਸੱਚ ਲਿਖਿਆ। ਮੋਹਣ ਕਮਲਾ ਹੋਆ, ਮੋਹਰੀ ਚੁਬਾਰਾ ਮਨਾਇਆ। ਤੋ ਖੈਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਧਿਆਨ ਨਾਲ ਸੁਣਿਆ ਇਸ ਗੱਲ ਨੂੰ, ਗੁਰੂ ਸਾਹਿਬ ਜੀ ਨੇ ਇਹ ਨਿੱਕੇ ਨਿੱਕੇ ਸਾਡੇ ਸਾਹਮਣੇ ਪੱਖ ਰੱਖ ਕੇ ਸਾਨੂੰ ਸਮਝਾਉਣ ਦਾ, ਇੱਦਾਂ ਸਮਝੋ ਗੁਰੂ ਸਾਹਿਬ ਨੇ ਕੋਈ ਕਰਾਮਾਤੀ ਗੱਲ ਨਹੀਂ ਕੀਤੀ ਵੀ ਬਾਹਰੀ ਤੌਰ। ਸਭ ਤੋਂ ਵੱਡੀ ਕਰਾਮਾਤ ਬੰਦਾ ਹੈ, ਸਭ ਤੋਂ ਵੱਡੀ ਕਰਾਮਾਤ। ਆਮ ਸਾਡੇ ਕਰਾਮਾਤਾਂ 'ਤੇ ਪ੍ਰਭਾਵਿਤ ਹੁੰਦੇ ਨੇ। ਸਭ ਤੋਂ ਵੱਡੀ ਕਰਾਮਾਤ ਤਾਂ ਜ਼ਮੀਨ 'ਚ ਹੈ, ਇੱਕ ਦਾਣਾ ਬੀਜਦੇ ਹੋ ਉੱਥੋਂ ਇੱਕ ਸਿੱਟਾ ਨਿਕਲਦਾ ਹੈ, ਕਿੰਨੇ ਦਾਣੇ ਨਿਕਲਦੇ ਨੇ। ਸਭ ਤੋਂ ਵੱਡੀ ਕਰਾਮਾਤ ਤਾਂ ਜ਼ਮੀਨ 'ਚ ਹੈ, ਸਭ ਤੋਂ ਵੱਡੀ ਕਰਾਮਾਤ ਤਾਂ ਮੱਝ ਦੇ ਕੋਲ ਹੈ। ਛੱਪੜ ਦਾ ਪਾਣੀ ਪੀਂਦੀ ਹੈ, ਟੋਭੇ ਦਾ ਪਾਣੀ ਪੀਂਦੀ ਹੈ, ਸੁੱਕੇ ਪੱਠੇ ਖਾਂਦੀ ਹੈ, ਸਵੇਰੇ ਬਾਲਟੀ ਦੁੱਧ ਦੀ ਭਰ ਦਿੰਦੀ, ਕਿੱਡੀ ਵੱਡੀ ਕਰਾਮਾਤ ਹੈ। ਹੁਣ ਮੱਝ ਸਵੇਰੇ ਉੱਠ ਕੇ ਮੱਥੇ ਟਿਕਾਉਣ ਲੱਗ ਪਏ ਵੀ ਮੈਂ ਬੜੀ ਵੱਡੀ ਕਰਾਮਾਤ ਵਰਤਾਈ ਹੈ। ਸਾਡੇ ਲੋਕ ਇਹ ਜਾਂਦੇ ਫਲਾਣੇ ਥਾਂ 'ਤੇ, ਬਾਬਾ ਇੱਦਾਂ ਹੱਥ ਫੇਰਦਾ ਪੱਥਰੀ ਬਾਹਰ। ਜਦੋਂ ਉਸ ਬਾਬੇ ਦੀ ਪੱਥਰੀ ਹੋਈ, ਉਹਨੂੰ ਅਪੋਲੋ ਹੋਸਪਿਟਲ ਲੈ ਕੇ ਜਾਣਾ। ਸਾਡੇ ਲੋਕ ਬਹੁਤ ਇੱਦਾਂ ਤੁਰੇ ਫਿਰਦੇ। ਕਈ ਪੁੱਛਣਗੇ ਉਹ ਬੜਿਆਂ ਡਾਕਟਰਾਂ ਕੋਲ ਦਵਾਈ ਖਾਧੀ, ਕੁਛ ਦੱਸ ਦੁੱਸ ਪਾਓ, ਸ਼ੂਗਰ ਹੀ ਠੀਕ ਨਹੀਂ ਹੁੰਦੀ। ਇੱਦਾਂ ਪੁੱਛੀ ਜਾਣਗੇ ਵੀ ਦੱਸ ਕਿਹਦੇ ਕੋਲੋਂ ਪੁੱਛਣਾ ਤੁਸੀਂ? ਗੋਡਾ ਠੀਕ ਨਹੀਂ ਹੁੰਦਾ, ਨਿਗਾਹ ਠੀਕ ਨਹੀਂ ਹੁੰਦੀ। ਕਈ ਸਾਨੂੰ ਪੁੱਛਦੇ ਆਣ ਕੇ, ਸ਼ਬਦ ਹੈਗਾ ਜੀ ਗੁਰੂ ਗ੍ਰੰਥ ਸਾਹਿਬ, ਸ਼ਬਦ ਹੈਗਾ ਗੋਡੇ ਬੜੇ ਦੁਖਦੇ? ਮੈਂ ਕਿਹਾ ਹਾਂਜੀ ਹੈਗਾ ਜੀ। ਕਹਿੰਦੇ ਕਿਹੜਾ? ਮੈਂ ਕਿਹਾ ਸਵੇਰੇ ਉੱਠ ਕੇ ਸੈਰ ਕਰਿਆ ਕਰੋ, ਇਹ ਸ਼ਬਦ ਹੀ ਹੈ, ਸੈਰ ਕਰਨਾ ਸ਼ਬਦ ਹੀ ਹੈ। ਕਈ ਬੰਦੇ ਕਹਿੰਦੇ ਜੀ ਸ਼ੂਗਰ ਬੜੀ ਹੈ, ਇਹ ਕੰਟਰੋਲ ਨਹੀਂ ਹੁੰਦੀ, ਇਹਦੇ ਵਾਸਤੇ ਕੋਈ ਸ਼ਬਦ ਹੈਗਾ? ਮੈਂ ਕਿਹਾ ਹਾਂਜੀ ਹੈਗਾ। ਕਹਿੰਦੇ ਕਿੱਦਾਂ? ਮੈਂ ਕਿਹਾ ਤੁਹਾਡੇ ਸਾਹਮਣੇ ਐਨ ਉਹ ਜਿਹੜਾ ਟੇਬਲ ਆ ਉਹ ਮਿੱਠਿਆਂ ਪਦਾਰਥਾਂ ਨਾਲ ਭਰਿਆ ਹੋਵੇ, ਤੁਸੀਂ ਖਾਣਾ ਨਹੀਂ ਬਸ। ਤੁਸੀਂ ਕਹਿਣਾ ਜੀ ਨਹੀਂ ਬਸ, ਹੁਣ ਪ੍ਰਣ ਕਰ ਲਿਆ, ਹੁਣ ਮੈਂ ਆਪਣੇ ਹਿੱਸੇ ਦਾ ਮਿੱਠਾ ਖਾ ਲਿਆ। ਅਤੇ ਖਵਾਉਣ ਵਾਲੇ ਪਤਾ ਅੱਗੇ ਕਹਿੰਦੇ ਨੇ ਖਾ ਲਾ ਕੁਝ ਨਹੀਂ ਹੁੰਦਾ। ਕੀ ਕਹਿੰਦੇ ਜੀ? ਖਾ ਲਾ ਕੁਝ ਨਹੀਂ ਹੁੰਦਾ। ਉਹ ਗਾੜੀਓ ਹੱਸ ਕਹਿੰਦਾ ਕੁਝ ਥੋੜ੍ਹਾ ਹੋਣਾ ਵਾ, ਤੁਸੀਂ ਤਾਂ ਲੋਈ ਲੈ ਕੇ ਆਉਣਾ ਬਾਅਦ 'ਚ, ਤੁਹਾਨੂੰ ਕੀ ਹੋਣਾ? ਤੁਸੀਂ ਤਾਂ ਲੋਈ ਲੈ ਕੇ ਆਉਣਾ, ਹੋਣਾ ਕਿ ਤੁਹਾਨੂੰ ਕੀ ਹੋਣਾ? ਖਾਣ ਖਾਣ ਖਵਾਉਣ ਵਾਲਾ ਕਹਿੰਦਾ ਉਹ ਕੁਝ ਨਹੀਂ ਹੁੰਦਾ, ਇਹਦੇ ਨਾਲ ਕੁਝ ਨਹੀਂ ਹੋਣਾ, ਹੋਣਾ ਕਿਉਂ ਨਹੀਂ ਆ? ਉਹ ਅਗਲਾ ਹੱਸ ਕੇ ਕਹਿੰਦਾ ਭਾਈ ਤੁਸੀਂ ਤਾਂ ਲੋਈ ਲੈ ਕੇ ਆਉਣਾ, ਤੁਹਾਨੂੰ ਕੀ ਹੋਣਾ? ਤੁਸੀਂ ਤਾਂ ਲੋਈ ਪਹਿਲਾਂ ਖਰੀਦੀ ਹੋਣੀ, ਇੱਕ ਦੋ ਲੋਈਆਂ ਆਮ ਵੱਡੇ ਪਰਿਵਾਰਾਂ ਵਾਲੇ ਖਰੀਦ ਕੇ ਰੱਖਦੇ ਆ ਵੀ ਫਲਾਣਿਆਂ ਦਾ ਸੁਨੇਹਾ ਆਉਣ ਹੀ ਵਾਲਾ, ਮੁੜ ਕੇ ਐਤਵਾਰ ਦੁਕਾਨ ਬੰਦ ਹੋਣੀ ਹੈ। ਤੋ ਜਿਹੜੀ ਗੱਲ ਹੁਣ ਜਿਹੜਾ ਸ਼ਬਦ ਆਪਾਂ ਹੁਣੇ ਪੜਿਆ, ਇੱਥੇ ਭਗਤ ਕਬੀਰ ਜੀ ਨੇ ਸ਼ਬਦ ਵਿੱਚ ਕਿਹਾ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵੈ ਰਘੁਰਾਜ। ਹੁਣ ਇੱਦਾਂ ਲੱਗਦਾ ਜਿਵੇਂ ਭਗਤ ਕਬੀਰ ਜੀ ਨੇ ਕੰਮ ਛੱਡ ਦਿੱਤਾ ਅੱਜ, ਅਤੇ ਮਾਂ ਰੋਣ ਲੱਗ ਪਈ ਆ। ਚਲੋ ਆਪਾਂ ਸ਼ਬਦ ਨੂੰ ਇੱਦਾਂ ਸਮਝਦੇ ਹਾਂ, ਭਗਤ ਕਬੀਰ ਜੀ ਨੇ ਜਿਹੜਾ ਤਾਨਾ ਬੁਣਨਾ ਕੰਮ ਸੀ ਉਹਨਾਂ ਦਾ ਆਪਣਾ, ਜਿਹੜਾ ਉਹਦਾ ਆਪਣੀ ਕਿਰਤ ਸੀ ਉਹ ਛੱਡ ਦਿੱਤੀ ਅੱਜ, ਮਾਂ ਰੋਣ ਲੱਗ ਪਈ ਭਗਤ ਕਬੀਰ ਜੀ ਦੀ। ਭਗਤ ਕਬੀਰ ਜੀ ਕਹਿੰਦੇ ਕਿਉਂ ਰੋਣੀ ਹੈ ਮਾਂ? ਕਹਿੰਦੇ ਦੱਸ ਹੁਣ ਇਹ ਪੋਤਰੇ ਰੋਟੀ ਕਿੱਥੋਂ ਖਾਣਗੇ, ਬੱਚੇ ਰੋਟੀ ਕਿੱਥੋਂ, ਤੂੰ ਤਾਂ ਕੰਮ ਹੀ ਛੱਡ ਬੈਠਾ। ਦੱਸੋ ਜੀ ਇਹ ਗੁਰਮਤ ਦਾ ਸਿਧਾਂਤ ਹੈ ਕਿ ਕੰਮ ਛੱਡ ਦਈਏ? ਜੇ ਕੱਲ੍ਹ ਨੂੰ ਇਹ ਮੁਸ ਮੁਸ ਰੋਵੇ ਕਬੀਰ ਕਮਾਈ, ਬਾਬੇ ਕਬੀਰ ਨੇ ਕੰਮ ਛੱਡ ਦਿੱਤਾ। ਤਾਂ ਹੀ ਤੁਸੀਂ ਦੇਖੋ ਬਹੁਤਿਆਂ ਨੂੰ ਇਹ ਕਿਹਾ ਜਾਂਦਾ ਵੀ ਕੰਮ ਕਰਦੇ ਰੱਬ ਨਹੀਂ ਮਿਲਣਾ। ਜਿੰਨਿਆਂ ਨੇ ਵੀ ਅੱਜ ਤੱਕ ਰੱਬ ਪਾਉਣ ਦਾ ਦਾਅਵਾ ਕੀਤਾ, ਕਿਸੇ ਨੇ ਭੋਰੇ 'ਚ ਬਹਿ ਕੇ ਦਾਅਵਾ ਕੀਤਾ, ਕਿਹਨੇ ਆਖਿਆ ਬਾਬਾ ਜੀ ਪੁੱਠੇ ਲਮਕਦੇ ਸੀ, ਕਿਹਨੇ ਕਿਹਾ ਵੀ ਹਲ ਪਾਉਂਦਿਆਂ ਵੀ ਰੱਬ ਪਾਇਆ ਹੋਵੇ, ਚਾਹ ਵੇਚਦਿਆਂ ਰੱਬ ਪਾ ਲਿਆ ਹੋਵੇ, ਸਕੂਲ 'ਚ ਪੜ੍ਹਾਉਂਦਿਆਂ ਰੱਬ ਪਾ ਲਿਆ ਹੋਵੇ,
ਏਦਾਂ ਦੀ ਗੱਲ ਪਾਤੀ। ਪਹਿਲੀ ਗੱਲ ਤੇ ਸਮਝਣਾ ਸੀ ਰੱਬ ਪਾਉਣਾ ਕੀ ਸੀ, ਰੱਬੀ ਗੁਣ ਆਪਣੀ ਜ਼ਿੰਦਗੀ ਚ ਲੈ ਕੇ ਆਉਣੇ ਸੀ, ਜਿਹੜੇ ਗੁਣ ਸਾਡੇ ਵਿੱਚ ਪਹਿਲਾਂ ਮੌਜੂਦ ਨੇ। ਕਿਤੇ ਗੁਰੂ ਸਾਹਿਬ ਨੇ ਕਿਤੇ ਆਖਿਆ ਨੀ ਆਪਣਾ ਪਰਿਵਾਰ ਛੱਡ, ਕਿਤੇ ਨੀ ਆਖਿਆ ਗੇਰੂ ਰੰਗ ਦੇ ਕੱਪੜੇ ਪਾ, ਕਿਤੇ ਨੀ ਆਖਿਆ ਤੂੰ ਆਪਣੀ ਮਾਂ ਛੱਡ ਦੇ, ਪਿਤਾ ਛੱਡ ਦੇ, ਪਰਿਵਾਰ ਛੱਡ ਦੇ। ਤੁਸੀਂ ਕਈ ਵੇਖਿਓ ਆਪਣੇ ਪਰਿਵਾਰਾਂ ਚ ਬਜ਼ੁਰਗ ਅਕਸਰ ਕਹਿਣਗੇ ਹੁਣ ਪੁੱਤ ਪੋਤਰੇ ਵਿਆਹ ਲਿਆ, ਹੁਣ ਥੋੜ੍ਹਾ ਧਰਮ ਕਰਮ ਨਿਭਾਉਣਾ। ਬਾਣੀ ਕਦੋਂ ਕੀ ਕਦੋਂ ਕਹਿੰਦੀ ਆ ਕਿ ਤੁਸੀਂ ਆਪਣੇ ਪੋਤਰਿਆਂ 'ਚ ਬਹਿ ਕੇ ਧਰਮ ਨਹੀਂ ਨਿਭਾ ਸਕਦੇ? ਗੁਰਬਾਣੀ ਨੇ ਕਿਹੜੀ ਤੋਕ ਜਿੱਥੇ ਲਿਖਿਆ ਕਿ ਤੁਸੀਂ ਆਪਣੇ ਪਰਿਵਾਰ 'ਚ ਬਹਿ ਕੇ ਮਾਲਕ ਦੀ ਪ੍ਰਾਪਤੀ ਨਹੀਂ ਕਰ ਸਕਦੇ? ਉੱਥੇ ਲਿਖਿਆ ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ ਨਾਨਕ, ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰ ਕਹਿ ਉਪਦੇਸ਼। ਹੁਣ ਇੱਥੇ ਲਿਖਿਆ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜਿਵੇਂ ਰਗੁਰਾਈ, ਤਨਣਾ ਬੁਣਨਾ ਸਭ ਤਜੇ ਉਹ ਹੈ ਕਬੀਰ। ਇੱਥੇ ਤਨਣਾ ਬੁਣਨ ਦਾ ਅਰਥ ਕੀ ਹੈ? ਗੱਲ ਮਨ ਦੀ ਹੋ ਰਹੀ ਹੈ। ਬਾਬਾ ਕਬੀਰ ਜੀ ਕਹਿੰਦੇ ਮੇਰੇ ਮਨ ਨੇ ਹੁਣ ਬੁਰਿਆਂ ਖਿਆਲਾਂ ਦਾ ਵਿਕਾਰਾਂ ਦਾ ਤਾਣਾ, ਕਿਉਂਕਿ ਕੁਦਰਤੀ ਗੱਲ ਹੈ ਜਿਹੜੀ ਕਿਰਤ ਕਰਦੇ ਉਦਾਹਰਨ ਵੀ ਉਸੇ ਕਿਰਤ ਦੀ ਦਿੱਤੀ। ਹੁਣ ਕਿਸਾਨ ਹਲ ਵਾਹੁੰਦਾ ਤੇ ਸਮਝਾਉਣ ਲਈ ਫਿਰ ਉਦਾਹਰਨ ਵੀ ਦਿੱਤੀ, ਮਨ ਹਾਲੀ, ਮਨ ਨੂੰ ਹਾਲੀ ਬਣਾ, ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ, ਖੇਤ ਨਾਮ ਬੀਜ ਰੱਖ। ਹਾਂ ਇੱਦਾਂ ਤਾਂ ਕਿ ਸਮਝ ਆ ਜਾਏ ਵੀ ਕਿਸਾਨ, ਲੋਕ ਸੁੱਤੇ ਹੁੰਦੇ ਕਿਸਾਨ ਖੇਤਾਂ 'ਚ ਹੁੰਦਾ, ਲੋਕ ਪਿੰਡ ਆ ਜਾਂਦੇ ਕਿਸਾਨ ਤਾਂ ਵੀ ਖੇਤਾਂ 'ਚ ਹੁੰਦਾ, ਕੰਮ ਕਰਦਾ ਉੱਦਮੀ ਹੈ। ਹੁਣ ਤਾਂ ਵਾਈ ਵੀ ਹੋਰ ਸਾਫ਼ ਦੀ ਹੋ ਗਈ ਨਹੀਂ ਤੇ ਕਿਸਾਨ, ਬਜ਼ੁਰਗਾਂ ਨੂੰ ਪਤਾ ਸੂਰਜ ਚੜ੍ਹਨ ਤੋਂ ਪਹਿਲਾਂ ਅਗਲੇ ਇੱਕੜ ਪੈਲੀ ਵਾਹ ਦਿੰਦੇ ਸੀ। ਮਨ ਹਾਲੀ, ਮਨ ਨੂੰ ਹਾਲੀ ਦੀ ਤਰ੍ਹਾਂ ਉੱਦਮੀ ਬਣਾ। ਅਗਲੇ ਰਾਤ ਹੀ ਬਲਦਾਂ ਦੀ ਖੁਰਲੀ ਪੱਠਿਆਂ ਨਾਲ ਭਰ ਕੇ ਸੌਂਦੇ ਸੀ ਵੀ ਸਵੇਰੇ ਸਾਢੇ ਚਾਰ ਚਾਰ ਸਾਢੇ ਤਿੰਨ ਵਜੇ ਘਰੋਂ ਤੁਰ ਜਾਣਾ, ਜਦੋਂ ਤੱਕ ਪਿੰਡ ਉੱਠਣ ਡਿਆ ਉਦੋਂ ਤੱਕ ਬਜ਼ੁਰਗਾਂ ਨੇ ਕਿੱਲੇ ਦੇ ਲਾਗੇ ਛਾਗੇ ਪੈਲੀ ਵਾਲੀ। ਮਨ ਦੀ ਉਦਾਹਰਨ ਦਿੱਤੀ ਤਾਂ ਕਿ ਸਮਝ ਪੈ ਜਾਏ ਵੀ ਜਿਵੇਂ ਕਿਸਾਨ ਉੱਦਮੀ ਆ, ਇੱਦਾਂ ਮਨ ਵੀ ਤੇਰਾ ਹਾਲੀ ਦੀ ਤਰ੍ਹਾਂ ਉੱਦਮੀ ਬਣ ਜਾਏ। ਮਨ ਹਾਲੀ ਕਿਰਸਾਣੀ ਕਰਨੀ, ਜਿਹੜਾ ਉਹ ਖੇਤਾਂ ਜਾ ਕੇ ਕੰਮ ਕਰਦਾ ਇਹ ਤਰੀਕ ਕਰਨੀ ਹੋਵੇ, ਕਿਰਸਾਣੀ ਕਰਨੀ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਸ਼ਰਮ ਉੱਦਮ, ਉੱਦਮ ਨੂੰ ਪਾਣੀ ਬਣਾ ਲਾ। ਫਸਲ ਬੀਜ ਕੇ ਜੇ ਪਾਣੀ ਨਾ ਦੇਈਏ ਤੇ ਤਾਂ ਵੀ ਪ੍ਰਫੁੱਲਤ ਨਹੀਂ ਹੋਣੀ, ਪਾਣੀ ਦੇ ਨਾਲ ਬਹੁਤ ਉੱਦਮ ਤੋਂ ਬਿਨਾਂ ਗੱਲ ਬਣਨੀ ਨਹੀਂ। ਸ਼ਰਮ ਪਾਣੀ ਤਨ ਖੇਤ ਨਾਮ ਬੀਜ, ਨਾਮ ਦਾ ਬੀਜ ਪਾਉਣਾ, ਸੱਚ ਦਾ ਬੀਜ ਪਾਉਣਾ ਤੇ ਸੰਤੋਖ ਦਾ ਸੁਹਾਗਾ ਫੇਰਨਾ। ਤੇ ਸੁਹਾਗਾ ਨਾ ਫੇਰੀਏ ਤੇ ਡਰ ਹੁੰਦਾ ਪੰਛੀਆਂ ਦਾ ਬੀਜ ਨਾ ਚੁੱਕੇ ਲੈ ਜਾਣ। ਰੱਖ ਗਰੀਬੀ ਵੇਸ, ਗਰੀਬੀ ਦਾ ਅਰਥ ਕੀ ਹੈ? ਆਪਣੇ 'ਚ ਨਿਮਰਤਾ ਵਾਲੇ ਗੁਣ ਰੱਖ, ਭਾਓ ਕਰਮ ਕਰ ਜਮਸੀ, ਤੇਰੇ ਹਿਰਦੇ 'ਚ ਫਿਰ ਪਿਆਰ ਦੀ ਖੇਤੀ ਪੈਦਾ ਹੋਏਗੀ, ਸੇ ਘਰ ਭਾਗਟ ਦੇਖ ਉਹ ਫਿਰ ਘਰ ਭਾਗਾਂ ਵਾਲਾ ਬਣ ਜੂ।